ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ, 8th ਕਲਾਸ ਦੀ ਇੰਗਲਿਸ਼ ਦੀ ਬੁੱਕ ਇੰਗਲਿਸ਼ ਗ੍ਰੈਮਰ ਐਂਡ ਕੰਪੋਜੀਸ਼ਨ, ਉਸ ਦਾ ਸੈਕਸ਼ਨ ਨੰਬਰ 2 ਕੰਪੋਜੀਸ਼ਨ, ਤੇ ਅੱਗੇ ਉਹਦਾ ਪਾਰਟ 1 ਤੇ ਸਬ ਪਾਰਟ ਸੀ, ਐਕਸਪਲੇਨਿੰਗ ਨਿਊਜ਼ ਪੇਪਰ ਹੈਡਲਾਈਨਸ, ਤੇ ਐਕਸਰਸਾਈਜ਼ 1 to 9 ਅਸੀਂ ਇਸ ਵੀਡੀਓ 'ਚ ਕਰਾਂਗੇ। ਤੁਸੀਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਦੇਖੋ, ਸੁਣੋ ਅਤੇ ਸਮਝੋ। ਜਿਹੜੀ ਹੈਡਲਾਈਨਸ ਦੀ ਐਕਸਪਲੇਨੇਸ਼ਨ ਮੈਂ ਤੁਹਾਡੇ ਲਈ ਤਿਆਰ ਕੀਤੀ ਹੈ, ਉਹਨੂੰ ਤੁਸੀਂ ਆਪਣੀ ਨੋਟਬੁੱਕ 'ਚ ਉਤਾਰ ਲਓ, ਪਰ ਬਾਅਦ ਵਿੱਚੋਂ ਐਕਸਰਸਾਈਜ਼ ਨੂੰ ਬਿਨਾਂ ਦੇਖੇ ਆਪਣੇ ਆਪ ਕਰਨ ਦੀ ਪ੍ਰੈਕਟਿਸ ਵੀ ਜ਼ਰੂਰ ਕਰੋ। ਸੋ ਆਓ ਸ਼ੁਰੂ ਕਰੀਏ। ਇਸੀ ਚੈਨਲ ਤੇ ਪਿਆਰੇ ਵਿਦਿਆਰਥੀਓ, ਤੁਹਾਡੀ 8th ਕਲਾਸ ਨਾਲ ਜੁੜੀਆਂ ਕੁਝ ਹੋਰ ਪਲੇਲਿਸਟ ਵੀ ਹੈਗੀਆਂ ਨੇ। ਇੱਕ ਹੈਗੀ 8th ਮੈਥ, ਇੱਕ ਹੈਗੀ 8th ਮੈਥ ਨੋਟਸ, ਇੱਕ ਹੈਗੀ 8th ਸਾਇੰਸ, ਇੱਕ ਹੈਗੀ 8th ਇੰਗਲਿਸ਼, ਜਿਸ ਵਿੱਚ ਤੁਹਾਡੀ ਮਾਈ ਇੰਗਲਿਸ਼ ਕੰਪੀਨੀਅਨ ਬੁੱਕ ਸੋਲਵ ਕੀਤੀ ਗਈ ਹੈ। ਫਿਰ ਪੰਜਾਬੀ ਮੀਡੀਅਮ 'ਚ ਹੈਗੀ 8ਵੀਂ ਵਿਗਿਆਨ, ਇੱਕ ਹੈਗੀ 8ਵੀਂ ਗਣਿਤ, ਫਿਰ ਇੱਕ ਹੈਗੀ ਗਣਿਤ ਦੇ ਸਿਧਾਂਤ, ਇੱਕ ਹੈਗੀ ਮੈਥ ਕਨਸੈਪਟਸ, ਤੇ ਇੱਕ ਹੈਗੀ ਮੈਥ ਸ਼ਾਰਟਕਟਸ ਐਂਡ ਟ੍ਰਿਕਸ। ਸੋ ਚੈਨਲ ਤੇ ਜਾ ਕੇ ਬੱਚੋ ਇਹਨਾਂ ਪਲੇਲਿਸਟਾਂ ਨੂੰ ਵੀ ਖੋਲ ਕੇ ਜ਼ਰੂਰ ਦੇਖੋ। ਔਰ ਦੇਖੀਏ ਬੱਚੇ, ਹੁਣ ਹੈ ਐਕਸਰਸਾਈਜ਼ ਕੀ ਕਹਿੰਦੀ ਹੈ। ਕਹਿੰਦੇ ਐਕਸਪਲੇਨ ਦੀ ਫੋਲੋਇੰਗ ਨਿਊਜ਼ ਪੇਪਰ ਹੈਡਲਾਈਨਸ ਇਨ 10 ਟੂ 15 ਵਰਡਸ ਈਚ। ਜਿਹੜੀ ਬੱਚੋ ਹੈਡਲਾਈਨ ਹੁੰਦੀ ਹੈ ਉਹ ਆਮ ਤੌਰ ਤੇ ਸਿੰਪਲ ਪ੍ਰੈਜੈਂਟ ਟੈਂਸ ਵਿੱਚ ਹੁੰਦੀ ਹੈ, ਉਹਦੇ ਵਿੱਚ ਕੋਈ ਏ ਐਂਡ ਦੀ ਆਰਟੀਕਲਸ ਯੂਜ਼ ਨਹੀਂ ਕੀਤੇ ਜਾਂਦੇ, ਤੇ ਜਦੋਂ ਪੈਸਿਵ ਵਾਇਸ ਯੂਜ਼ ਕੀਤੀ ਜਾਵੇ ਤੇ ਇਜ਼, ਐਮ, ਆਰ ਜਿਹੜੀ ਹੁੰਦੀ ਹੈ ਉਹ ਆਕਸਿਲਰੀ ਵਰਬ, ਉਹ ਵੀ ਯੂਜ਼ ਨਹੀਂ ਕੀਤੀ ਜਾਂਦੀ। ਸੋ ਇਹ 'ਚ ਮਤਲਬ ਕਿ ਇਸ ਤਰ੍ਹਾਂ ਹੁੰਦਾ ਵੀ ਜਿੱਦਾਂ 10 ਕਿਲਡ ਇਨ ਹੌਜ਼ਰੀ ਗੋਡਾਊਨ ਫਾਇਰ, ਇਹ ਹੈਡਲਾਈਨ ਹੈ, ਤੇ ਇਹਦਾ ਹੁਣ ਵੇਰਵਾ ਦੇਣਾ ਅੱਗੇ ਖਬਰ ਹੁੰਦੀ ਹੈ। ਸੋ ਅਸੀਂ ਇਹ 10-15 ਸ਼ਬਦਾਂ ਵਿੱਚ ਇਹਦੀ ਵਿਆਖਿਆ ਕਰਨੀ ਹੈ। ਸੋ 10 ਕਿਲਡ ਇਨ ਅ ਹੌਜ਼ਰੀ ਗੋਡਾਊਨ ਫਾਇਰ। ਸੋ ਅ ਹੌਜ਼ਰੀ ਗੋਡਾਊਨ ਇਨ ਲੁਧਿਆਣਾ ਕੌਟ ਫਾਇਰ ਲਾਸਟ ਨਾਈਟ, ਭਾਵ ਬੀਤੀ ਰਾਤ ਹੌਜ਼ਰੀ ਦੇ ਗੋਡਾਊਨ ਵਿੱਚ ਲੁਧਿਆਣਾ ਵਿਖੇ ਅੱਗ ਲੱਗ ਗਈ, ਕਿਲਿੰਗ 10 ਪੀਪਲ। ਸੋ ਇਹ 10 ਕਿਲਡ ਹੈਗਾ ਨਾ, ਸੋ 10 ਪੀਪਲ, ਠੀਕ ਹੈ। ਫਿਰ 14 ਗਰਲਸ ਕਿਲਡ ਇਨ ਬੱਸ ਕੋਲੀਜਨ, ਭਾਵ ਬੱਸ ਦੀ ਟੱਕਰ ਵਿੱਚ 40 ਕੁੜੀਆਂ 14 ਕੁੜੀਆਂ ਮਰੀਆਂ। ਸੋ ਇਹਨੂੰ ਇੱਦਾਂ ਲਿਖਾਂਗੇ, 14 ਗਰਲਸ ਡਾਈਡ, 14 ਕੁੜੀਆਂ ਮਰ ਗਈਆਂ, ਵੈਨ ਦੀ ਬੱਸ ਫੈਰਿੰਗ ਦੈਮ, ਫੈਰਿੰਗ ਮੈਨੇ ਢੋਣਾ, ਠੀਕ ਹੈ, ਜਦੋਂ ਬੱਸ ਉਹਨਾਂ ਨੂੰ ਢੋ ਕੇ ਲਿਜਾ ਰਹੀ ਸੀ, ਕੋਲਾਈਡਿਡ ਹੈਡ ਔਨ, ਹੈਡ ਔਨ ਮੈਨੇ ਆਮੋ ਸਾਹਮਣੇ, ਵਿਦ ਅ ਸਪੀਡਿੰਗ ਟਰੱਕ, ਇੱਕ ਬੜੀ ਤੇਜ਼ੀ ਨਾਲ ਆਉਂਦੇ ਹੋਏ ਟਰੱਕ ਦੇ ਨਾਲ ਸਾਹਮਣੇ ਟੱਕਰ ਲੱਗੀ, ਅਤੇ ਉਹਦੇ 14 ਕੁੜੀਆਂ ਜਿਹੜੀਆਂ ਬੱਸ 'ਚ ਬੈਠੀਆਂ ਸੀ ਉਹ ਮਰ ਗਈਆਂ, ਠੀਕ ਹੈ। ਫਿਰ ਰੈਜੀਡੈਂਟਸ ਗੈਟ ਆਈ ਕਾਰਡਸ, ਆਈ ਕਾਰਡ ਮੈਨੇ ਆਈਡੈਂਟੀਫਿਕੇਸ਼ਨ ਕਾਰਡ, ਜਿਹਨੂੰ ਅਸੀਂ ਕਹਿੰਦੇ ਪੰਜਾਬੀ ਸ਼ਨਾਖਤੀ ਕਾਰਡ, ਪਛਾਣ ਪੱਤਰ। ਰੈਜੀਡੈਂਟਸ ਗੈਟ ਆਈ ਕਾਰਡਸ ਫੁੱਲ ਆਫ ਐਰਰਸ, ਭਾਵ ਜਿਹੜੇ ਵਸਨੀਕ ਨੇ, ਜਿਹੜੇ ਨਾਗਰਿਕ ਹੈਗੇ ਨੇ, ਉਹਨਾਂ ਨੂੰ ਆਈ ਕਾਰਡ ਮਿਲੇ ਜਿਹਨਾਂ 'ਚ ਗਲਤੀਆਂ ਦਾ ਭਰਮਾਰ ਸੀ। ਸੋ ਦੀ ਰੈਜੀਡੈਂਟਸ ਆਫ ਗੁਰੂ ਹਰਗੋਬਿੰਦ ਕਲੋਨੀ, ਕੋਈ ਵੀ ਤੁਸੀਂ ਨਾਮ ਕਲੋਨੀ ਲੈ ਲਓ, ਆਪਣਾ ਪਿੰਡ ਲੈ ਲਓ, ਹੈ ਨਾ, ਦੀ ਰੈਜੀਡੈਂਟਸ ਆਫ ਗੁਰੂ ਹਰਗੋਬਿੰਦ ਕਲੋਨੀ ਕੌਮਾ ਜਲੰਧਰ ਕੌਮਾ ਕੰਪਲੇਂਡ ਆਫ, ਸ਼ਿਕਾਇਤ ਕੀਤੀ ਉਹਨਾਂ ਨੇ, ਨਿਊਮਰਸ ਐਰਰਸ, ਨਿਊਮਰਸ ਮੈਨੇ ਇੱਥੇ ਫੁੱਲ ਆਫ ਐਰਰਸ, ਨਿਊਮਰਸ ਮੈਨੇ ਬਹੁਤ ਜ਼ਿਆਦਾ, ਨਿਊਮਰਸ ਐਰਰਸ ਇਨ ਦੀ ਆਈਡੈਂਟੀ ਕਾਰਡਸ ਇਸ਼ੂ ਟੂ ਦੈਮ, ਜਿਹੜੇ ਆਈ ਕਾਰਡ ਸ਼ਨਾਖਤੀ ਕਾਰਡ ਉਹਨਾਂ ਨੂੰ ਜਾਰੀ ਕੀਤੇ ਗਏ, ਉਹਦੇ ਵਿੱਚ ਬੇਅੰਤ ਗਲਤੀਆਂ ਦੀ ਕੰਪਲੇਂਟ ਜਿਹੜੀ ਗੁਰੂ ਹਰਗੋਬਿੰਦ ਕਲੋਨੀ ਜਲੰਧਰ ਦੇ ਵਸਨੀਕਾਂ ਨੇ ਕੀਤੀ। ਅਗਲਾ ਆ ਗਿਆ ਬੱਚੋ, ਮੈਨ ਗੈਟਸ ਆਰ ਆਈ। ਹੁਣ ਬੱਚੇ ਦੇਖੋ, ਥੋੜ੍ਹੀ ਬਹੁਤ ਤੁਹਾਨੂੰ ਜਨਰਲ ਨੌਲੇਜ ਹੋਣੀ ਚਾਹੀਦੀ। ਆਰ ਆਈ ਦਾ ਮਤਲਬ ਹੁੰਦਾ ਰਿਗੋਰਸ ਇੰਪ੍ਰਿਜ਼ਨਮੈਂਟ, ਪ੍ਰਿਜ਼ਨ ਹੁੰਦਾ ਬੱਚਿਓ, ਪ੍ਰਿਜ਼ਨ ਹੁੰਦਾ ਜੇਲ, ਇੰਪ੍ਰਿਜ਼ਨ ਹੁੰਦਾ ਜੇਲ ਵਿੱਚ ਪਾਉਣਾ, ਇੰਪ੍ਰਿਜ਼ਨਮੈਂਟ ਹੁੰਦਾ ਜੇਲ ਵਿੱਚ ਪਏ ਜਾਣ ਦੀ ਕਿਰਿਆ, ਠੀਕ ਹੈ। ਅਤੇ ਰਿਗੋਰਸ ਇੰਪ੍ਰਿਜ਼ਨਮੈਂਟ ਅਤੇ ਰਿਗੋਰਸ ਹੁੰਦੀ ਹੈ ਮਾਨੇ ਬਾ ਮੁਸ਼ੱਕਤ, ਇੱਕ ਹੁੰਦੀ ਹੈ ਵੀ ਜਿਹੜੀ ਜੇਲ੍ਹ 'ਤੇ ਪਿਆ ਪਰ ਜੇਲ੍ਹ ਵਿੱਚ ਕੋਈ ਬਹੁਤ ਸਖਤ ਕੰਮ ਨਹੀਂ ਦਿੱਤਾ ਜਾਵੇਗਾ, ਅਤੇ ਰਿਗੋਰਸ ਇੰਪ੍ਰਿਜ਼ਨਮੈਂਟ ਹੁੰਦੀ ਹੈ ਬਹੁਤ ਪੱਥਰ ਤੋੜਨੇ, ਚੱਕੀ ਪੀਣੀ, ਜਾਂ ਮਾਨੇ ਬਹੁਤ ਜ਼ਿਆਦਾ ਬੰਦੇ ਦੀ ਐਸੀ ਤੈਸੀ ਕੀਤੀ ਜਾਂਦੀ ਹੈ, ਉਹ 'ਚ ਬਹੁਤ ਜ਼ਿਆਦਾ ਕੰਮ ਕਰਾਇਆ ਜਾਂਦਾ, ਉਹਨੂੰ ਕਿਹਾ ਜਾਂਦਾ ਰਿਗੋਰਸ ਇੰਪ੍ਰਿਜ਼ਨਮੈਂਟ।
ਸੋ ਆਰਆਈ ਦਾ ਫੁੱਲ ਫਾਰਮ ਹੁੰਦਾ ਹੈ ਰਿਗੋਰਸ। ਰਿਗੋਰਸ ਮੈਨੇ ਸਖਤ, ਬਹੁਤ ਜ਼ਿਆਦਾ, ਕਰੜੀ। ਇੰਪ੍ਰਿਜ਼ਨਮੈਂਟ ਮੈਨੇ ਜੇਲ, ਠੀਕ ਹੈ। ਸੋ ਮੈਨ ਗੈਟਸ ਆਰਆਈ ਫੋਰ ਥਰੋਇੰਗ ਬੋਏ ਆਊਟ ਆਫ ਟ੍ਰੇਨ। ਮੁੰਡੇ ਨੂੰ ਗੱਡੀ ਚੋਂ ਬਾਹਰ ਧੱਕਾ ਦੇਣ ਕਰਕੇ ਬੰਦੇ ਨੂੰ ਰਿਗੋਰਸ ਇੰਪ੍ਰਿਜ਼ਨਮੈਂਟ ਮਿਲੀ। ਹੁਣ ਅੱਗੇ ਇਹਦਾ ਵੇਰਵਾ ਕਿੱਦਾਂ ਦੇਵਾਂਗੇ? ਦੀ ਕੋਰਟ ਭਾਵ ਅਦਾਲਤ ਨੇ ਸੈਂਟੈਂਸਡ, ਸੈਂਟੈਂਸ ਮੈਨੇ ਸਜ਼ਾ ਸੁਣਾਈ ਦਿੱਤੀ ਆ ਮੈਨ, ਇੱਕ ਬੰਦੇ ਨੂੰ 10 ਈਅਰ ਆਫ ਰਿਗੋਰਸ ਇੰਪ੍ਰਿਜ਼ਨਮੈਂਟ, 10 ਸਾਲ ਦੀ ਬਾ ਮੁਸ਼ਕਤ ਸਜ਼ਾ ਦਿੱਤੀ ਫੋਰ ਥਰੋਇੰਗ ਅ ਬੋਏ ਆਊਟ ਆਫ ਅ ਮੂਵਿੰਗ ਟ੍ਰੇਨ। ਇੱਕ ਚੱਲਦੀ ਟ੍ਰੇਨ ਵਿੱਚੋਂ ਇੱਕ ਮੁੰਡੇ ਨੂੰ ਬਾਹਰ ਧੱਕਾ ਦੇਣ ਕਰਕੇ ਉਹਨੂੰ 10 ਸਾਲ ਦੀ ਬਾ ਮੁਸ਼ਕਤ ਸਜ਼ਾ ਉਹਨੇ ਅਦਾਲਤ ਨੇ ਸੁਣਾਈ, ਠੀਕ ਹੈ। ਮੈਂ 10 ਸਾਲ ਆਪਣੇ ਅੰਦਾਜ਼ੇ ਨਾਲ ਲਿਖ ਦਿੱਤਾ, ਤੁਸੀਂ 5 ਸਾਲ ਲਿਖ ਦਿਓ, 7 ਸਾਲ ਲਿਖ ਦਿਓ, ਜੋ ਮਰਜ਼ੀ ਹੈ, ਠੀਕ ਹੈ ਨਾ। ਸੋ ਇੱਕ ਅਸੀਂ ਉਹਦਾ ਐਕਸਪਲੇਨੇਸ਼ਨ ਹੀ ਕਰਨੀ ਹੈ ਸਿਰਫ। ਫਿਰ ਪਾਰਟੀ ਵਰਕਰਸ ਸ਼ਾਈਨ ਸ਼ੂਜ਼ ਟੂ ਕਲੈਕਟ ਰਿਲੀਫ, ਠੀਕ ਹੈ ਨਾ। ਹੁਣ ਇੱਥੇ ਰਿਲੀਫ ਦਾ ਮਤਲਬ ਬੱਚੇ ਉਹ ਰਿਲੀਫ ਫੰਡ ਕਹਿ ਸਕਦੇ ਹਾਂ, ਠੀਕ ਹੈ ਨਾ। ਵੀ ਜਿਹੜਾ ਕੋਈ ਕਿਸੇ ਦੀ ਸਹਾਇਤਾ ਕਰਨ ਲਈ ਰਿਲੀਫ ਫੰਡ ਹੈਗਾ, ਕੋਈ ਭੂਚਾਲ ਆਇਆ, ਸੁਨਾਮੀ ਆਈ ਹੈ, ਕੋਈ ਹੜ੍ਹ ਆਇਆ, ਅਤੇ ਉਹਦੇ ਜਿਹੜੇ ਪੀੜਿਤ ਲੋਕ ਨੇ ਉਹਨਾਂ ਲਈ ਇਕੱਠਾ ਕਰਨਾ। ਸੋ ਪਾਰਟੀ ਵਰਕਰਸ ਨੇ ਕੀ ਕੀਤਾ? ਸ਼ਾਈਨ ਸ਼ੂਜ਼, ਉਹਨੇ ਜੁੱਤੀਆਂ ਪੋਲਿਸ਼ ਕੀਤੀਆਂ, ਅਤੇ ਇੱਕ ਜਨਤਾ ਵਿੱਚ ਆਪਣਾ ਪ੍ਰਭਾਵ ਪਾਉਣ ਲਈ, ਅਤੇ ਲੋਕ ਫਿਰ ਉਹਨਾਂ ਨੂੰ ਮਤਲਬ ਕਿ ਆਪਣਾ ਪੈਸੇ ਦੇਣ ਵੀ ਚਲੋ ਠੀਕ ਹੈ, ਤੁਸੀਂ ਇਹ ਫੰਡ ਯੂਜ਼ ਕਰੋ। ਸੋ ਅਸੀਂ ਇੱਦਾਂ ਲਿਖ ਦਿੱਤਾ, ਓਰਿਜਨਲ ਪਾਰਟੀ ਵਰਕਰਸ ਪੋਲਿਸ਼ਡ ਸ਼ੂਜ਼ ਟੂ ਰੇਜ਼, ਰੇਜ਼ ਮੈਨੇ ਇਕੱਠਾ ਕਰਨਾ, ਇਸੈਂਸ਼ੀਅਲ ਮੈਨੇ ਲੋੜੀਂਦੇ ਜ਼ਰੂਰੀ ਰਿਲੀਫ ਫੰਡਸ, ਠੀਕ ਹੈ। ਸੋ ਇਸ ਤਰ੍ਹਾਂ ਕਰਕੇ ਤੁਸੀਂ ਹੈ ਇਹਦੀ ਐਕਸਪਲੇਨੇਸ਼ਨ ਕਰ ਸਕਦੇ ਹੋ। ਫਿਰ ਅਗਲਾ ਆ ਗਿਆ ਇਨ ਲੋਜ਼। ਇਨ ਲੋਜ਼ ਮੈਨੇ ਸਹੁਰੇ, ਇਨ ਲੋਜ਼ ਦਾ ਮਤਲਬ ਹੁੰਦਾ ਸੱਸ ਵੀ ਸਹੁਰਾ ਵੀ ਵਿੱਚ ਹੀ ਸਾਰੇ ਆ ਜਾਂਦੇ ਨੇ। ਸੋ ਇਨ ਲੋਜ਼ ਬ੍ਰਦਰ ਇਨ ਲੋ ਮਤਲਬ ਜੀਜਾ ਵੀ ਹੋ ਜਾਂਦਾ, ਸਾਲਾ ਵੀ ਹੋ ਜਾਂਦਾ, ਸਿਸਟਰ ਇਨ ਲੋ ਸਾਲੀ ਵੀ ਹੋ ਜਾਂਦੀ, ਸਾਲੇ ਹਾਰ ਵੀ ਹੋ ਜਾਂਦੀ ਹੈ, ਅਤੇ ਫਾਦਰ ਇਨ ਲੋ ਦਾ ਮਤਲਬ ਸਹੁਰਾ, ਮਦਰ ਇਨ ਲੋ ਦਾ ਮਤਲਬ ਸੱਸ, ਠੀਕ ਹੈ। ਬ੍ਰਦਰ ਇਨ ਲੋ ਵਿੱਚ ਦੇਰ ਵੀ ਆ ਜਾਂਦਾ, ਜੇਠ ਵੀ ਆ ਜਾਂਦਾ। ਸੋ ਅੰਗਰੇਜ਼ੀ ਦੇ ਵਿੱਚੋਂ ਇੱਦਾਂ ਇਹਨਾਂ ਨੂੰ ਇੱਦਾਂ ਸਾਰਨਾ ਪੈਂਦਾ ਸਾਡੇ ਲਈ, ਦੇਰ, ਜੇਠ, ਨੰਦੋਈਆ, ਜੀਜਾ ਅਤੇ ਆਪਣਾ ਸਾਲਾ, ਵੱਖਰੇ ਵੱਖਰੇ ਸ਼ਬਦ ਹੈਗੇ ਨੇ। ਸੋ ਪੰਜਾਬੀ ਬੋਲੀ ਸਾਡੀ ਬੜੀ ਅਮੀਰ ਹੈਗੀ ਹੈ, ਪਰ ਅੰਗਰੇਜ਼ਾਂ ਨੂੰ ਵਿਚਾਰਿਆਂ ਨੂੰ ਬ੍ਰਦਰ ਇਨ ਲੋ ਸਾਂਝਾ ਕਰਕੇ, ਸਿਸਟਰ ਇਨ ਲੋ ਕਰਕੇ ਸਾਰਨਾ ਪੈਂਦਾ ਹੈ। ਸੋ ਇਨ ਲੋਜ਼ ਦਾ ਮਤਲਬ ਹੈ ਸਹੁਰੇ, ਸਮੁੱਚੇ ਤੌਰ 'ਤੇ ਮਤਲਬ ਕਿ ਇੱਕ ਇਕੱਠ ਇਕੱਠ ਨੂੰ ਕਹਿ ਦਿੰਦੇ ਹਾਂ, ਵਿੱਚ ਨਨਾਣ ਵੀ ਹੋ ਸਕਦੀ ਹੈ, ਵਿੱਚ ਆਪਣੀ ਕੋਈ ਹੋਰ ਵੀ ਹੋ ਸਕਦਾ, ਸੱਸ ਸਹੁਰਾ, ਹੈ ਨਾ। ਹੈਲਡ ਇਨ ਡੋਰੀ ਕੇਸ, ਡੋਰੀ ਮੈਨੇ ਹੁੰਦਾ ਦੇਜ, ਦੇ ਦਾਜ, ਸੋਰੀ ਦਾਜ। ਸੋ ਡੋਰੀ ਮੈਨੇ ਦਾਜ ਹੁੰਦਾ, ਦਾਜ ਦੇ ਕੇਸ ਵਿੱਚ ਸਹੁਰੇ ਨੂੰ ਫੜਿਆ, ਠੀਕ ਹੈ। ਇਹ ਸੁਰਖੀ ਹੈਗੀ ਹੈ, ਹੈਡਲਾਈਨ ਹੈਗੀ ਹੈ। ਸੋ ਇਹਨੂੰ ਇੱਦਾਂ ਪੁਲਿਸ ਅਰੈਸਟਿਡ ਇਨ ਲੋਸ, ਪੁਲਿਸ ਨੇ ਗ੍ਰਿਫਤਾਰ ਕੀਤੇ ਸਹੁਰੇ ਔਨ ਡੋਰੀ ਹਰਾਸਮੈਂਟ ਚਾਰਜਿਸ, ਦਾਜ ਦੇ ਕਰਕੇ ਤੰਗ ਕਰਨ ਦੀ ਸ਼ਿਕਾਇਤ 'ਤੇ, ਠੀਕ ਹੈ। ਮਤਲਬ ਕਿ ਉਹਲੇ ਉਹਲੇ ਦੋਸ਼ਾਂ ਦੇ ਅਧੀਨ, ਮਤਲਬ ਕਿ ਦਾਜ ਕਰਕੇ ਤੰਗ ਕਰਨ ਦੇ ਦੋਸ਼ਾਂ ਦੇ ਅਧੀਨ ਅਰੈਸਟ ਕੀਤੇ। ਫੋਲੋਇੰਗ ਆ ਕੰਪਲੇਂਟ, ਫੋਲੋਇੰਗ ਕੰਪਲੇਂਟ ਮਤਲਬ ਕਿ ਸ਼ਿਕਾਇਤ ਤੋਂ ਬਾਅਦ, ਫੋਲੋਇੰਗ ਆ ਕੰਪਲੇਂਟ, ਕੰਪਲੇਂਟ ਕਰਨ ਤੋਂ ਬਾਅਦ ਕਿਹਦੇ ਦੁਆਰਾ? ਬਾਏ ਦੀ ਡਾਟਰ ਇਨ ਲੋ, ਡਾਟਰ ਇਨ ਲੋ ਮੈਨੇ ਕਹੀ ਨੂੰਹ ਹੋ ਗਈ। ਸੋ ਨੂੰਹ ਦੁਆਰਾ ਸ਼ਿਕਾਇਤ ਕਰਨ ਤੋਂ ਬਾਅਦ ਦਾਜ ਦੇ ਤੰਗ ਕਰਨ ਦੇ ਦੋਸ਼ ਦੇ ਅਧੀਨ ਪੁਲਿਸ ਨੇ ਸਹੁਰਿਆਂ ਨੂੰ ਗ੍ਰਿਫਤਾਰ ਕੀਤਾ, ਠੀਕ ਹੈ। ਅੱਗੇ ਚਲੀਏ, ਹੁਣ ਆ ਗਿਆ ਆਰਮੀ ਮੈਨ ਸੇਵਡ 11 ਫਰੋਮ ਸੁਨਾਮੀ ਵੇਵਸ, ਭਾਵ ਇੱਕ ਫੌਜੀ ਬੰਦੇ ਨੇ 11 ਜਣੇ ਸੁਨਾਮੀ ਲਹਿਰਾਂ ਤੋਂ ਬਚਾਏ। ਸੋ ਅ ਬਰੇਵ ਸੋਲਜਰ, ਆਰਮੀ ਮੈਨ ਨੇ ਸੋਲਜਰ, ਬਰੇਵ ਸੋਲਜਰ ਰੈਸਕਿਊਡ, ਰੈਸਕਿਊਡ ਮੈਨੇ ਬਚਾਏ 11 ਪੀਪਲ, 11 ਲੋਕ, ਫਰੋਮ ਡੈਡਲੀ, ਡੈਡਲੀ ਮੈਨੇ ਮਾਰੂ, ਖਤਰਨਾਕ, ਜਾਨਲੇਵਾ, ਫਰੋਮ ਡੈਡਲੀ ਸੁਨਾਮੀ ਵੇਵਸ, ਠੀਕ ਹੈ। ਫਿਰ ਯੂਥ ਸ਼ੂਟਸ ਡੈਡ ਹਿਜ਼ ਅੰਕਲ, ਭਾਵ
ਨੌਜਵਾਨ ਨੇ ਆਪਣੇ ਅੰਕਲ ਨੂੰ, ਹੁਣ ਅੰਕਲ ਕੋਈ ਵੀ ਹੋ ਸਕਦਾ, ਚਾਚਾ, ਹੁਣ ਵਿਚਾਰੇ ਅੰਗਰੇਜ਼ ਦੇ ਅੰਗਰੇਜ਼ੀ ਬੋਲੀ ਤਾਂ ਬੜੀ ਗਰੀਬ ਬੋਲੀ ਹੈਗੀ ਹੈ, ਬਸ ਆਂਟੀ, ਆਂਟੀ ਵਿੱਚ ਮਾਮੀ ਵੀ ਹੋ ਸਕਦੀ ਹੈ, ਮਾਸੀ ਵੀ ਹੋ ਸਕਦੀ ਹੈ ਨਾ, ਭੂਆ ਵੀ ਹੋ ਸਕਦੀ ਹੈ, ਚਾਚੀ, ਤਾਈ, ਕੋਈ ਪਤਾ ਹੀ ਨਹੀਂ ਲੱਗਦਾ ਹੈ ਨਾ। ਸੋ ਇਹ ਜਿਹੜਾ ਹੁਣ ਅੰਕਲ ਵਿੱਚ ਕੀ ਹੈ, ਅੰਕਲ ਵਿੱਚ ਚਾਚਾ ਵੀ ਹੋ ਸਕਦਾ ਹੈ, ਤਾਇਆ ਵੀ ਹੋ ਸਕਦਾ ਹੈ, ਫੁੱਫੜ ਵੀ ਹੋ ਸਕਦਾ ਹੈ, ਠੀਕ ਹੈ, ਫਿਰ ਉੱਧਰ ਮਾਮਾ ਵੀ ਹੋ ਸਕਦਾ ਹੈ, ਮਾਸੜ ਵੀ ਹੋ ਸਕਦਾ ਹੈ। ਸੋ ਪਤਾ ਹੀ ਨਹੀਂ ਲੱਗਦਾ, ਅਤੇ ਅੰਦਾਜ਼ਾ ਲਗਾਉਣਾ ਪੈਂਦਾ ਨੇ। ਫਿਰ ਕਹਿੰਦੇ ਮੈਟਰਨਲ ਅੰਕਲ, ਮੈਟਰਨਲ ਅੰਕਲ ਮਤਲਬ ਮਾਂ ਵਾਲੇ ਪਾਸੇ ਦਾ ਅੰਕਲ, ਜੇ ਜਾਂ ਮਾਮਾ ਹੋਏਗਾ ਅਤੇ ਮਾਂ ਦਾ ਭਰਾ ਹੋਏਗਾ, ਅਤੇ ਜਾਂ ਫਿਰ ਮਾਂ ਦਾ ਜੀਜਾ ਹੋਵੇ, ਮਾਸੜ ਹੋਏਗਾ, ਅਤੇ ਪੈਟਰਨਲ ਅੰਕਲ ਮੈਨੇ ਇਹ ਪਿਓ ਵਾਲੇ ਪਾਸੇ, ਚਾਚਾ ਤਾਇਆ ਵੀ ਹੋ ਸਕਦਾ ਅਤੇ ਫੁੱਫੜ ਵੀ ਹੋ ਸਕਦਾ। ਸੋ ਇੱਥੇ ਯੂਥ ਸ਼ੂਟਸ ਡੈਡ ਹਿਜ਼ ਅੰਕਲ, ਭਾਵ ਨੌਜਵਾਨ ਨੇ ਗੋਲੀ ਮਾਰ ਕੇ ਆਪਣਾ ਅੰਕਲ ਮਾਰਿਆ, ਠੀਕ ਹੈ। ਸੋ ਅ ਯੰਗ ਮੈਨ ਕਿਲਡ ਹਿਜ਼ ਅੰਕਲ, ਇੱਕ ਨੌਜਵਾਨ ਮੁੰਡੇ ਨੇ, ਨੌਜਵਾਨ ਆਦਮੀ ਨੇ ਆਪਣੇ ਅੰਕਲ ਨੂੰ ਮਾਰਿਆ, ਬਾਏ ਸ਼ੂਟਿੰਗ ਹਿਮ, ਗੋਲੀ ਮਾਰ ਕੇ, ਆਫਟਰ ਐਨ ਆਰਗੂਮੈਂਟ, ਆਰਗੂਮੈਂਟ ਉਹਦੀ ਬਹਿਸ, ਗਰਮਾ ਗਰਮੀ ਬੜੀ ਬਹਿਸ ਹੋ ਗਈ, ਆਫਟਰ ਐਨ ਆਰਗੂਮੈਂਟ, ਇੱਕ ਆਰਗੂਮੈਂਟ ਬਹਿਸ ਮਗਰੋਂ, ਬਹਿਸ ਕਿਹਦੇ ਉੱਪਰ ਸੀ, ਓਵਰ ਪ੍ਰੋਪਰਟੀ ਡਿਸਪਿਊਟ, ਭਾਵ ਜ਼ਮੀਨ ਦੇ ਝਗੜੇ ਦੇ ਉੱਪਰ, ਜ਼ਮੀਨ ਦੇ ਝਗੜੇ ਬਾਰੇ ਬਹਿਸ ਤੋਂ ਬਾਅਦ ਮੁੰਡੇ ਨੇ ਆਪਣੇ ਅੰਕਲ ਨੂੰ ਗੋਲੀ ਮਾਰੀ, ਠੀਕ ਹੈ। ਫਿਰ ਅਗਲਾ, ਗੌਰਮੈਂਟ ਐਬੋਲਿਸ਼ਿਸ 300 ਪੋਸਟ ਆਫ ਕਲਰਕਸ, ਐਬੋਲਿਸ਼ ਹੁੰਦਾ ਬੱਚੋ ਖਤਮ ਕਰਨਾ, ਕੈਂਸਲ ਕਰਨਾ, ਰੱਦ ਕਰਨਾ, ਠੀਕ ਹੈ। ਸੋ ਸਰਕਾਰ ਨੇ ਕਲਰਕਾਂ ਦੀਆਂ 300 ਪੋਸਟਾਂ, 300 ਅਸਾਮੀਆਂ ਰੱਦ ਕੀਤੀਆਂ, ਠੀਕ ਹੈ। ਸੋ ਇਹਨੂੰ ਇੱਦਾਂ ਕਰ ਸਕਦੇ ਹਾਂ ਬੱਚੇ, ਕਿਉਂਕਿ ਹੁਣ ਜਿੱਦਾਂ ਅਸੀਂ ਕਹਿੰਦੇ ਤਕਨੀਕ ਆ ਗਈ, ਕੰਪਿਊਟਰ ਆ ਗਏ, ਅਤੇ ਜਿਹੜਾ ਕੰਮ ਪਹਿਲੇ ਹੱਥੀਂ ਬਹੁਤ ਸਾਰੇ ਬੰਦੇ ਕੀ ਕਰਦੇ ਸੀਗੇ, ਹੁਣ 10 ਬੰਦਿਆਂ ਦਾ ਕੰਮ, 20 ਬੰਦਿਆਂ ਦਾ ਕੰਮ, 25 ਬੰਦਿਆਂ ਦਾ ਕੰਮ ਇੱਕ ਕੰਪਿਊਟਰ ਰਾਹੀਂ ਬੰਦਾ ਕਰ ਸਕਦਾ ਹੈ। ਸੋ ਇਹਨਾਂ ਟੈਕਨੋਲੋਜੀਕਲ ਰੀਸ਼ਫਲ, ਰੀਸ਼ਫਲ ਹੁੰਦਾ ਬੱਚੇ ਫੇਰ ਬਦਲ, ਉਥਲ ਪੁਥਲ ਕਰਨੀ, ਰੀਸ਼ਫਲ ਮਤਲਬ ਕਿ ਮੁੜ ਕੇ ਚੀਜ਼ਾਂ ਨੂੰ ਮਤਲਬ ਕਿ ਅਰੇਂਜ ਕਰਨਾ, ਮੁੜ ਕੇ ਤਰਤੀਬ ਦੇਣੀ। ਸੋ ਤਕਨੀਕੀ ਰੀਸ਼ਫਲ ਵਿੱਚ, ਤਕਨੀਕੀ ਫੇਰ ਬਦਲ ਵਿੱਚ ਦੀ ਗੌਰਮੈਂਟ ਐਬੋਲਿਸ਼ਡ 300 ਕਲਰੀਕਲ ਪੋਜੀਸ਼ਨਸ, ਸਰਕਾਰ ਨੇ 300 ਕਲਰਕਾਂ ਦੀਆਂ ਪੋਜੀਸ਼ਨਾਂ ਜਿਹੜੀਆਂ ਸੀ, ਪੋਸਟਾਂ ਸੀ, ਪਦਵੀਆਂ ਸੀਗੀਆਂ, ਉਹ ਰੱਦ ਕੀਤੀਆਂ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀ ਹੈਡਲਾਈਨ ਐਕਸਪਲੇਨੇਸ਼ਨਸ ਦਾ ਪਹਿਲੀ 9 ਅਤੇ 9 ਹੋ ਰਹੀਆਂ ਨੇ ਇਹਦੀਆਂ ਇਸੀ ਐਕਸਰਸਾਈਜ਼ ਵਿੱਚ, ਉਹ ਅਸੀਂ ਅਗਲੇ ਵੀਡੀਓ ਵਿੱਚ ਕਰਾਂਗੇ। ਸੋ ਤੁਸੀਂ ਇਸੀ ਤਰ੍ਹਾਂ ਨੇਮ ਨਾਲ, ਉਤਸ਼ਾਹ ਨਾਲ, ਅਨੁਸ਼ਾਸਨ ਨਾਲ ਆਪਣੀ ਪੜ੍ਹਾਈ ਕਰੀ ਚਲੋ, ਅਤੇ ਅਗਲੇ ਵੀਡੀਓ ਤੱਕ ਲਈ ਰੱਬ ਰਾਖਾ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।